ਅੱਜ ਆਪਾਂ ਦੇਖਦੇ ਆਂ ਪੂਸਾ ਬਾਸਮਤੀ 1718 ਪਹਿਲਾਂ ਇਹਦੀ ਖਾਸੀਅਤ ਦੇਖ ਲਓ ਜਿੱਥੇ ਸਾਰਾ ਪੰਜਾਬ ਹਰਿਆਣਾ ਇਸ ਸਾਲ ਝੰਡੇ ਰੋਗ ਤੋਂ ਪਰੇਸ਼ਾਨ ਸੀ ਬਕਾਨੀ ਤੋਂ ਪਰੇਸ਼ਾਨ ਸੀ ਤਾਂ ਪਿਛਲੇ 4 ਸਾਲਾਂ ਵਾਂਗ ਇਸ ਸਾਲ ਵੀ ਇਸ ਖੇਤ ਦੇ ਵਿੱਚ ਝੰਡਾ ਰੋਗ ਨਹੀਂ ਆਇਆ ਤੇ ਨਾ ਹੀ ਉਹਦੇ ਹੱਥੇ ਕੁਝ ਕੀਤਾ ਗਿਆ ਕਿਸਾਨ ਸਾਥੀਓ ਇਹ ਹੈਗੀ ਪੂਸਾ ਬਾਸਮਤੀ 1718 ਜਿਹਦਾ ਕਿ 8 ਕਿਲੋ ਬੀ ਸੋਧ ਕੇ ਤੇ 5 ਤੋਂ 6 ਘੰਟੇ ਪਿਉ ਕੇ 10 ਜੂਨ ਦੇ ਲਗਭਗ ਵਿਜਿਆ ਗਿਆ ਸੀਗਾ ਨਦੀਨ ਰੋਕਣ ਵਾਸਤੇ ਉਸੇ ਸ਼ਾਮ ਨੂੰ ਪੈਂਡੀ ਮੈਥਾਲੀਨ ਦਾ 1 ਲੀਟਰ ਦਾ ਸਪਰੇਅ ਕੀਤਾ ਗਿਆ 24 ਦਿਨ ਤੇ ਪਹਿਲਾ ਪਾਣੀ ਲਗਾਇਆ ਗਿਆ ਤੇ ਪਾਣੀ ਦੇ ਨਾਲ ਬਿਊਟਾ ਕਲੋਰ ਫਾਸਟਮੈਕਸ 1 ਲੀਟਰ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ 2 ਤੋਂ 2.5 ਬੈਗ ਯੂਰੀਆ ਤੇ 7.5 ਕਿਲੋ ਜ਼ਿੰਕ 33% ਵਾਲੀ ਇਹਨੂੰ ਪਾਈ ਹੈ ਹੁਣ ਤੁਸੀਂ ਇਹ ਦੇਖ ਰਹੇ ਹੋ ਕਿ ਇਹਦੀ ਜਿਹੜੀ ਹਾਈਟ ਹੈ ਉਹ 5.5 ਫੁੱਟ ਤੋਂ ਲੈ ਕੇ 6 ਫੁੱਟ ਤੱਕ ਵੀ ਕੁਝ ਜਗ੍ਹਾ ਤੇ ਹੈਗੀ ਹੈ। ਪਰੰਤੂ ਪਿਛਲੇ ਸਾਲਾਂ ਦਾ ਐਕਸਪੀਰੀਅੰਸ ਹੈ ਕਿ ਸਿੱਧੀ ਬਜਾਈ ਵਾਲੀ ਬਾਸਮਤੀ ਸਾਡੀ ਕਦੇ ਵੀ ਨਹੀਂ ਡਿੱਗੀ ਇਹ। ਜਿਹੜੀ ਡ੍ਰਿਲ ਕੀਤੀ ਹੈ ਨਾ ਬਾਸਮਤੀ ਇਹ ਕਦੇ ਵੀ ਨਹੀਂ ਡਿੱਗਦੀ। ਤੇ ਐਸਾ ਲੱਗ ਕੇ ਐਕਸਪੀਰੀਅੰਸ ਹੋ ਰਿਹਾ ਕਿ ਮੈਂ ਪਹਿਲਾਂ ਸੋਚਦਾ ਸੀ ਮੇਰੇ ਖੇਤ ਦੇ ਵਿੱਚ ਕਿਤੇ ਝੰਡਾ ਰੋਗ ਦੀ ਬਿਮਾਰੀ ਹੈ ਹੀ ਨਹੀਂ। ਤਾ ਇਸ ਸਾਲ ਮੈਂ ਕੁਝ ਪਲਾਂਟਸ ਇੱਕ ਜਗ੍ਹਾ ਤੇ ਮਰ ਗਏ ਸੀਗੇ ਤੇ ਬਾਹਰੋਂ ਪਨੀਰੀ ਚ ਕਿਸੇ ਦੇ ਖੇਤ ਦੇ ਵਿੱਚੋਂ ਪੁੱਟ ਕੇ ਲਿਆਂਦੀ ਤੇ ਉੱਥੇ ਲਾਈ ਤਾਂ ਬਾਅਦ ਦੇ ਵਿੱਚ ਦੇਖਿਆ ਕਿ ਉਹ ਸਾਰੇ ਦੇ ਸਾਰੇ ਬੁੱਟੇ ਹੀ ਇਹ ਅਗਲੇ 2 ਮਹੀਨਿਆਂ ਦੇ ਵਿੱਚ ਬਕਾਨੀ ਰੋਗ ਦੇ ਨਾਲ ਖਤਮ ਹੋ ਗਏ ਪਰੰਤੂ ਜਿੰਨੀ ਆਪਣੀ ਡੀਐਸਆਰ ਜਾਂ ਡ੍ਰਿਲ ਕੀਤੀ ਹੋਈ ਬਾਸਮਤੀ ਹੈ ਇਹਦੇ ਵਿੱਚ ਝੰਡਾ ਰੋਗ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਦੇਖਣ ਨੂੰ ਮਿਲਿਆ ਕਿ ਕਟੋ ਕਾਟੇ ਯਾਰ ਇੱਕ ਤਾਂ ਲਵਾਈ ਦਾ ਖਰਚਾ ਵੱਜਦਾ ਦੂਜਾ ਝੰਡਾ ਰੋਗ ਦੀ ਜਿਹੜੀ ਕਿੰਨੀ ਪਕਾਈ ਕਰਨੀ ਪੈਂਦੀ ਹੈ ਕਿੰਨੇ ਕਿੰਨੇ ਸਪਰੇਅ ਕਰਦੇ ਆ ਕਿਸਾਨ ਵੀਰ ਤੇ ਫਿਰ ਵੀ ਕੰਟਰੋਲ ਨਹੀਂ ਹੁੰਦਾ ਇਹਦੇ ਵਿੱਚ ਪੂਰਾ ਕੰਟਰੋਲ ਆਟੋਮੈਟਿਕਲੀ ਹੋ ਗਿਆ ਕੁਝ ਕਿਸਾਨ ਵੀਰਾਂ ਨੇ 플ੌਟ ਦੇਖਿਆ ਸੀਗਾ ਜਿਹੜੇ ਕਿ ਖੇਤ ਵਿਜ਼ਿਟ ਕਰਦੇ ਆ ਇੱਕ ਵਾਰ ਤੇ 플ੌਟ ਦੇ ਬਹੁਤ ਮਾੜੇ ਹਾਲਾਤ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਇਸ ਨੂੰ ਉਹ ਕਿਸਾਨ ਵੀਰ ਪਛਾਣ ਨਹੀਂ ਪਾਉਣਗੇ ਕਿ ਉਹ ਕੀ ਖੇਤ ਹੈ ਦੋਸਤੋ ਹੁਣ 1 ਹਫਤਾ ਪਹਿਲਾਂ ਇਹਦੇ ਉੱਪਰ ਜਨੇਬ ਪਲਸ ਹੈਕਜ਼ਾਕੋਨਾਜ਼ੋਲ 400 ਗ੍ਰਾਮ 40 ਐਮਐਲ ਅਮੀਡਾ ਤੇ 12 ਗ੍ਰਾਮ ਸਟੈਪਟੋਸਾਈਕਲਿਨ ਪਾਈ ਗਈ ਹੈ ਉਸ ਤੋਂ ਬਿਨਾ ਕੋਈ ਕੀਟਨਾਸ਼ਕ ਹੋਰ ਨਹੀਂ ਪਾਇਆ ਕੋਈ ਛੰਡਾ ਰੋਗ ਰੋਕਣ ਲਈ ਕੋਈ ਦਵਾਈ ਨਹੀਂ ਪਾਈ ਗਈ ਤੇ ਪੱਤਾ ਲਪੇਟ ਦਾ ਕੋਈ ਕੰਟਰੋਲ ਨਹੀਂ ਕੀਤਾ ਗਿਆ ਗੋਭ ਦੀ ਸੁੰਡੀ ਦਾ ਕੋਈ ਕੰਟਰੋਲ ਨਹੀਂ ਕੀਤਾ ਗਿਆ ਸਿਰਫ ਯੂਰੀਆ ਦੀ ਮੈਨੇਜਮੈਂਟ ਤੇ ਪਾਣੀ ਦੀ ਮੈਨੇਜਮੈਂਟ ਇਹ ਦੋ ਚੀਜ਼ਾਂ ਦੇ ਉੱਪਰ ਜਿਹੜਾ ਹੈਗਾ ਇਹ ਇਹਦੇ ਵਿੱਚ ਬਿਮਾਰੀਆਂ ਦਾ ਹਮਲਾ ਹੋਇਆ ਹੀ ਨਹੀਂ ਜੇ ਹੋਇਆ ਵੀ ਤਾਂ ਉਹਨਾਂ ਨੂੰ ਮੈਨੂੰ ਡਰ ਨਹੀਂ ਲੱਗਦਾ ਇਹਦੇ ਕਰਕੇ ਉਹ ਹਮਲਾ ਹੁੰਦਾ ਹੈ ਤੇ ਚਲਾ ਜਾਂਦਾ ਹੈ ਹੁਣ ਇਸ ਦੀ ਮੁੰਜਰ ਦੀ ਲੰਬਾਈ ਜਿਹੜੀ ਹੈ ਉਹ ਕਾਫੀ ਚੰਗੀ ਲੰਬਾਈ ਹੈ ਜਿਹਨੂੰ ਅਸੀਂ ਜਿਹੜਾ ਹੈਗਾ 14 ਇੰਚ ਤੋਂ ਉੱਪਰ ਤੱਕ ਦੀ ਲੰਬਾਈ ਹੈ ਤੇ ਇਹ ਮੈਂ ਤੁਹਾਨੂੰ ਦਿਖਾਵਾਂਗਾ ਵੀ ਬਾਅਦ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਸਕੇਲ ਦੇ ਨਾਲ ਮਿਲ ਕੇ ਕਾਮਯਾਬ ਤਰੀਕਾ ਯਾ ਜੇ ਨੈਟ ਸ਼ੈਲ ਦੀ ਗੱਲ ਕਰੀਏ ਨਾ ਕਾਮਯਾਬ ਤਰੀਕਾ ਹੈ ਡਰਿੱਲ ਫੜੋ ਤੇ ਵੀਜੋ ਤੇ ਬਹੁਤ ਸੋਹਣੀ ਬਾਸਮਤੀ ਹੁੰਦੀ ਹੈ ਸਾਰਾ ਖੇਤ ਇੱਕ ਸਾਰ ਹੈ ਕਿਤੇ ਕੋਈ ਕਮੀ ਨਹੀਂ ਹੈਗੀ ਤਾਂ ਇਸ ਤਰੀਕੇ ਨੂੰ ਅਪਣਾਉਣਾ ਜਿਹੜਾ ਹੈਗਾ ਸਾਡੀ ਇਕਲੀ ਮਜਬੂਰੀ ਨਹੀਂ ਬਣੀ ਹੋਈ ਕਿਉਂਕਿ ਲੇਬਰ ਬਹੁਤ ਮਹਿੰਗੀ ਹੋ ਗਈ ਹੈ ਤੇ ਨਾਲ ਜੈਸਾਲ ਜਿਵੇਂ ਐਕਤਰੀ ਝੰਡਾਈ ਰੋਗ ਨੇ ਪਰੇਸ਼ਾਨ ਕੀਤਾ ਬਕਾਨੀ ਨੇ ਪਰੇਸ਼ਾਨ ਕੀਤਾ ਤੇ ਕਿਸਾਨ ਤੰਗ ਆ ਗਏ ਬਸਮਤੀ ਤੋਂ ਤਾਂ ਇਹ ਕੋ ਤਰੀਕਾ ਜਿਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੁਣ ਸਾਰੇ ਕਿਸਾਨ ਵੀਰ ਕਹਿ ਰਹੇ ਆ ਕਿ 17 18 ਦੇ ਟਿਪ ਬਰਨਿੰਗ ਹੋ ਗਈ ਹੈ ਇਸ ਖੇਤ ਦੇ ਵਿੱਚ ਨਾ ਟਿਪ ਬਰਨਿੰਗ ਹੈ ਨਾ ਨੀਚੋਂ ਕੋਈ ਤਣਾ ਗਲਿਆ ਹੈ ਨਾ ਕਿਸੇ ਹੋਰ ਤਰ੍ਹਾਂ ਦੀ ਕੋਈ ਦਿੱਕਤ ਹੈ ਬਿਲਕੁਲ ਲਸ਼ ਗ੍ਰੀਨ ਖੇਤ ਖੜਾ ਹੈ ਪੱਤਾ ਲਪੇੜ ਦੇ ਜ਼ਰੂਰ ਨਿਸ਼ਾਨ ਹੈਗੇ ਆ ਮੇਰੇ ਕਹਿਣ ਦਾ ਮਤਲਬ ਕਿ ਜੋ ਤੁਹਾਡੇ ਨਾਲ ਆਪਾਂ ਇਹ ਵੀਡੀਓ ਸ਼ੁਰੂ ਕੀਤੀਆਂ ਸੀ ਸਿੱਧੀ ਬਜਾਈ ਦੀਆਂ ਤਾਂ ਅਖੀਰ ਤੇ ਇਹ ਨਿਸਰਿਆ ਹੋਇਆ ਝੋਨਾ ਤੁਹਾਨੂੰ ਦਿਖਾਉਣਾ ਸੀ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਏਗਾ ਤੇ ਇਹਨੂੰ ਅੱਗੇ ਤੋਂ ਤੁਸੀਂ ਵੀ ਪ੍ਰੈਕਟੀਕਲ ਕਰਕੇ ਦੇਖੋਗੇ ਇਹਦਾ ਝਾੜ ਵੀ ਜੋ ਆਊਗਾ ਚਾਹੇ ਆਪਣਾ PR121 ਹੈ PR124 ਹੈ PR126 ਹੈ PR122 ਹੈ ਪੂਸਾ ਬਾਸਮਤੀ 17 18 ਹੈ ਡੀਐਸਆਰ ਦਾ ਝਾੜ ਤੇ ਹੱਥ ਨਾਲ ਲਵਾਈ ਦੇ ਝਾੜ ਦੇ ਵਿੱਚ ਕੀ ਫਰਕ ਰਿਹਾ ਮੈਂ ਉਹ ਵੀ ਤੁਹਾਡੇ ਨਾਲ ਫਿਊਚਰ ਦੇ ਵਿੱਚ ਸ਼ੇਅਰ ਕਰਾਂਗਾ ਤੇ ਵੀਡੀਓ ਦੇ ਅਖੀਰ ਚ ਫਿਰ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਉੱਥੋਂ ਦੇ ਡਾਕਟਰ ਸਾਹਿਬਾਨ ਸਭ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਦੀ ਗਾਈਡਲਾਈਨਸ ਦੇ ਨਾਲ ਇਹ ਸਿਰੇ ਪਹੁੰਚਿਆ ਸਭ ਤੋਂ ਵੱਧ ਧੰਨਵਾਦ ਹੈ ਡਾਕਟਰ ਬਰਿੰਦਰ ਲਾਥਰ ਦਾ ਜਿਹੜੇ ਕਿ ਇਸ ਤਕਨੀਕ ਦੇ ਲਈ ਜਿਹੜਾ ਹੈਗਾ ਬਹੁਤ ਜ਼ੋਰ ਲਗਾ ਰਹੇ ਹੈ ਮਿਹਰਬਾਨੀ ਦੋਸਤੋ ਧੰਨਵਾਦ ਦੋਸਤੋ